ਜਿਹੜਾ ਬਰੀਡਰ ਆਪਣੇ ਘਰ ਦਾ ਹੁੰਦਾ ਕਈ ਵਾਰੀ ਉਹਦੀਆਂ ਧੀਆਂ ਮੂਹਰੇ ਜੰਮ ਜਾਂਦੀਆਂ ਨੇ, ਆਪਾਂ ਉਹ ਬਰੀਡਰ ਬੰਦ ਕਰ ਦਿੰਦੇ ਹਾਂ ਬੱਕਰੀਆਂ ਦੇ ਪਾਉਣੋ, ਕਿਉਂਕਿ ਇਹਦੇ ਵਿੱਚ ਆਪਣਾ ਮਹਾਂਪਾਪ ਹੈ, ਉਹ ਆਪਣਾ ਰਿਸ਼ਤਾ ਨਾਤਾ ਖਤਮ ਹੋ ਜਾਂਦਾ, ਕਿਉਂ ਇਹ ਨਿੰਦ ਵਿਚਾਰ ਆਪਾਂ ਹਰ ਕੋਈ ਕਰਦੇ ਹਾਂ, ਫਿਰ ਤਾਂ ਰਿਸ਼ਤੇਦਾਰੀ ਵੀ ਖਤਮ ਹੈ। ਵਧੀਆ ਜੀ, ਦੇਖ ਸਕਦੇ ਹੋ ਰੋਜ਼ ਰੰਗੀ ਭੂਰੀ, ਜਿਹਨੂੰ ਕਿ ਰੋਜ਼ ਰੰਗ ਕਹਿੰਦੇ ਨੇ, ਜਿਹੋ ਜਿਹਾ ਰੋਜ਼ ਦਾ ਰੰਗ ਹੁੰਦਾ ਉਹ ਰੰਗ ਚੋਂ ਬੱਕਰੀ ਹੈ। ਬਹੁਤ ਸ਼ਾਨਦਾਰ ਪੱਠ ਹੈ, ਪੁਰਾਣੀ ਖਾਨਦਾਨੀ ਦੀ ਹੈ, ਇਹ ਵੀ ਤੁਹਾਡੀ ਪੁਰਾਣੀ ਖਾਨਦਾਨੀ ਦੀ, ਇਹਦੀ ਨਾਨੀ ਥੱਲੇ ਪੂਰੀ ਵਧੀਆ ਪਾਕਿਸਤਾਨੀ ਨਸਲ ਹੈ, ਜਿਹਨੂੰ ਕਹਿੰਦੇ ਨੇ ਪੂਰੇ ਕੰਨਾਂ ਤੋਂ ਚੜਾਈ ਕੰਨਾਂ ਦੀ ਅਤੇ ਲੰਬਾਈ ਕੰਡਾਂ ਦੀ, ਸਿੰਗੀ ਦੇਖ ਸਕਦੇ ਹੋ, ਸਨੱਖ ਮੱਥਾ, ਅੱਖ ਚਿੱਟੀ ਅਤੇ ਲਾਲ ਡੱਬੀ ਨਾਭੀ ਕਹਿੰਦੇ ਨੇ ਜਿਹਨੂੰ, ਪੂਰਾ ਅਸਲੇ ਨੂੰ ਅਸਲਾ। ਹਾਂਜੀ 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 ਹਾਂਜੀ, ਆ ਗਏ ਮਾਈ ਦਾ ਮੇਲਾ ਭਰਾਉਣ? ਅੱਛਾ, ਕਿਹੜੇ ਪਿੰਡ ਤੋਂ ਆਏ ਹੋ? ਪੁੱਟਾ, ਪਿੰਡ ਪੁੱਟਾ, ਜ਼ਿਲ੍ਹਾ ਫਤਿਹਗੜ੍ਹ। ਹਾਂਜੀ, ਦੇਖ ਸਕਦੇ ਹੋ ਜੋ ਕਿ ਮਹਾਨ ਹਸਤੀਆਂ ਅੱਜ ਹਰ ਮੇਲਿਆਂ ਦੇ ਸ਼ਿੰਗਾਰ ਆਪਣੇ ਮਾਈ ਦੇ ਮੇਲੇ 'ਤੇ ਹੈਡੋਂ, ਕੀ ਨਾਮ ਜੀ ਤੁਹਾਡਾ? ਨਾਜਰ ਰਹਿਮਦੀਨ ਜੀ, ਕਿ ਜਿਹੜੇ ਨਿਆਮ ਜੇਤੂ ਬੰਦੇ ਨੇ ਸਾਡੇ, ਹਰ ਮੇਲਿਆਂ ਦੀ ਸ਼ਾਨ, ਅੱਜ ਇਹ ਮੰਡੀ ਦੇ ਵਿੱਚ ਖੋਲ੍ਹਤੀ ਬੱਕਰੀਆਂ ਦੀ ਦੁਕਾਨ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਮੈਂ ਨੰਬਰ ਪਿੱਛੋਂ ਲੈਂਦੇ ਹਾਂ ਜੀ, ਅਤੇ ਉਹਨਾਂ ਦਾ ਤੁਹਾਨੂੰ ਅੱਜ ਅਸੀਂ ਮਾਲ ਦਿਖਾਉਂਦੇ ਹਾਂ ਜਿਨ੍ਹਾਂ ਦੇ 9 ਯੂਨੀਵਰਸਿਟੀਆਂ ਦੇ ਵਿੱਚ ਧੁਰੋਂ ਚੱਲੇ ਆ ਰਹੇ ਨੇ, ਜਦਕਿ ਬਾਦਲ ਹੁਰੀ ਆਪਣੇ ਨਿਵੇਸ਼ਾਂ ਲਵਾਉਂਦੇ ਤੇ ਸੁਖਬੀਰ ਜੀ, ਉਦੋਂ ਦੀਆਂ ਨਿਵੇਸ਼ਾਂ ਚੱਲੀਆਂ, ਕਿਉਂਕਿ ਹਰ ਨਿਵੇਸ਼ ਇਹਨਾਂ ਨੇ ਆਏ ਮੇਲੇ 'ਤੇ ਜਿੱਤਣੀ ਹੋ ਜਿੱਤਣੀ, ਨੰਬਰ ਚੱਕਦੇ ਤੇ ਆਏ ਮੇਲੇ 'ਤੇ, ਇੱਕ ਇੱਕ ਬੱਕਰੀ ਦੋ ਦੋ ਨੰਬਰ ਚੱਕਦੀ ਸੀ ਜੀ, ਹਰ ਮੇਲਿਆਂ ਦੀ ਸ਼ੁਰੂਆਤ ਜਿਨ੍ਹਾਂ ਦੇ ਯੂਨੀਵਰਸਿਟੀਆਂ ਦੇ ਵਿੱਚ, ਅੱਜ ਵੀ ਜਿਨ੍ਹਾਂ ਦੇ ਯੂਨੀਵਰਸਿਟੀ ਦੇ ਵਿੱਚ ਕਿਤਾਬਾਂ ਛਪੀਆਂ ਪਈਆਂ ਨੇ, ਭੁੱਟੇ ਵਾਲੇ ਗੁੱਜਰ, ਨਾਮਜ਼ਦ ਗੁੱਜਰ ਨੇ ਜਿਹੜੇ ਖਾਨਦਾਨੀ ਬੱਚੇ, ਕਈ ਪੀੜ੍ਹੀਆਂ ਹੋ ਗਈਆਂ ਤੁਹਾਨੂੰ ਮਾਤ ਰੱਖਦੇ ਹਨ, ਪੰਜਵੀਂ ਪੀੜ੍ਹੀ, ਸਾਨੂੰ ਤੁਹਾਡੀ ਪੰਜਵੀਂ ਪੀੜ੍ਹੀ ਦੀ ਬੱਕਰੀ ਦਿਖਾਓ ਕਿਹੜੀ ਕਿਹੜੀ ਵਧੀਆ, ਇਹ ਪੰਜਵੀਂ ਪੀੜ੍ਹੀ ਤੋਂ ਚੱਲੀ ਆ ਰਹੀ ਹੈ ਜੀ, ਇਹ ਤੁਹਾਡੀ ਖਾਨਦਾਨੀ ਹੈ ਸਾਡੇ ਵੀਰ ਜੀ, ਇਹਨਾਂ ਦਾ ਪਤਾ ਹੀ ਹੈ ਮੇਰੇ ਬਾਰੇ, ਵੀ ਅੱਜ ਬਹੁਤ ਪੁਰਾਣਾ ਬੰਦਾ ਬੱਕਰੀਆਂ ਦਾ ਖਿਡਾਰੀ, ਹਾਂ ਸਾਨੂੰ ਤਾਂ ਮੇਰੇ ਬਾਰੇ ਸਦਾ ਵੀ ਪਤਾ ਵੀ ਇਹਨੇ ਕੰਮੇ ਇਹੀ ਕਰੇ ਯੂਨੀਵਰਸਿਟੀਆਂ ਦੇ ਵਿੱਚ, ਹਾਂਜੀ ਹਾਂਜੀ ਹਰ ਮੇਲਿਆਂ ਦੇ ਵਿੱਚ ਹੁੰਦਾ, ਮੈਂ ਹਰ ਮੰਡੀਆਂ ਦੇ ਮੂਹਰੇ ਹਾਂ, ਮੰਡੀ ਦੇ ਜਿੱਥੇ ਵੀ ਮੈਂ ਜਾਂਦਾ ਉੱਥੇ ਮੰਡੀ ਲਵਾ ਦੇਣਾ, ਹਾਂਜੀ ਹਾਂਜੀ ਸਾਡੇ ਪਿੰਡਾਂ 'ਚ ਵਿਕਦੇ ਨੇ, ਕਿਉਂਕਿ ਚੰਗੀਆਂ ਖਾਨਦਾਨੀਆਂ ਨੇ, ਇਹ ਕਈ ਪੀੜ੍ਹੀਆਂ ਤੋਂ ਚੱਲੀ ਹੋਈ ਹੈ ਜੀ, ਨਾਗਰੀ ਲਾਲ ਡੱਬੀ ਜਿਹਨੂੰ ਕਹਿੰਦੇ ਨੇ, ਨਾਗਰੀ ਲਾਲ ਡੱਬੀ ਨਾਭੀ ਨਸਲ, ਵਧੀਆ ਪੀਤਲ 'ਚ ਪਿਓਰ ਇਹ ਚੀਜ਼, ਕਈ ਪੀੜ੍ਹੀਆਂ ਤੋਂ ਸਤਿ ਸ਼੍ਰੀ ਅਕਾਲ, ਦੱਸੋ ਉਮਰ ਹੋ ਗਈ ਹੁਣ ਜਿਹੜੇ 60 ਤੋਂ 8 ਸਾਲ, 8 ਸਾਲ ਹੋ ਗਈ, ਵੀਡੀਓ ਤਾਂ ਕੱਟ ਕੇ ਦਿਖਾਈਏ ਤੈਨੂੰ ਬੱਕਰੀਆਂ ਸਾਡੀਆਂ, ਦਿਖਾਈਏ ਜੀ, ਨਾ ਬੋਲੋ ਕਿੰਨੀਆਂ ਦੇਖਣੀਆਂ ਨੇ, ਜਨਾਬ ਜੋ ਸਾਡੇ ਹੈਗੇ, ਹਾਂ ਚੱਲ ਚੰਗਾ ਜਿਹਾ ਮਾਂਡੇ ਖਾਂਜਾ, ਹਾਂਜੀ ਆਪਾਂ ਕਹਿ ਦਿੰਦੇ ਅੱਗੇ ਤੋਂ ਕੋਈ ਬਾਈ ਆ ਗਿਆ ਸੀ ਕਹਿੰਦਾ ਬੱਕਰੀਆਂ ਰੱਖੀਆਂ ਨੇ, ਕਿਉਂਕਿ ਉਹਨੂੰ ਵੀ ਜਵਾਬ ਦੇਣਾ ਪੈਣਾ, ਅਤੇ ਕੋਈ ਗੱਲ ਨਹੀਂ ਪਤਾ ਨਹੀਂ ਹੁੰਦਾ ਬਹੁਤੇ ਬਾਈਆਂ ਨੂੰ, ਉਹਨਾਂ ਧਿਆਨ ਦਿਓ ਜੀ, ਚੱਲ ਜਾਣ ਦੇ ਬਾਈ ਤੂੰ ਆਪਦਾ, ਹਾਂਜੀ ਕਿਉਂਕਿ ਬਾਈ ਜੀ ਇਹ ਕਈ ਵਾਰੀ ਸੁੱਕੀ, ਹਜੇ ਪਲੂਣ ਬੱਕਰੀ ਸੂਣ ਵਾਲੀ ਹੈ, ਚਾਰ ਦਿੰਦਾ ਜੀ ਇਹ,
ਦਿਖਾਈ ਵੀਰੇ ਦੰਦੇ ਦੇ 6 ਹੋ ਗਈ ਜੀ 6 ਦੰਦ ਹੋ ਗਈ ਜੀ ਹਾਂਜੀ ਸਿੱਗੀ ਹੋ ਗਈ ਭਰੂਣ ਸੁਣਾ ਜੀ ਨੇ ਹਜੇ ਕੋਈ ਇਹਦਾ ਐਂਟ ਨਹੀਂ ਆਇਆ ਬੱਚਾ ਬੁੱਚਾ ਹੁਣ ਦੇਖੋ ਵੀ ਕਿਵੇਂ ਖੜ ਜਾਵੇ ਇਹਦੀ ਮਾਂ ਕਿਵੇਂ ਦੀ ਕਹਿ ਕਹਿ ਬੱਚੇ ਦਿੰਦੀ ਸੀ ਇਹਦੀ ਨਾਨੀ ਦਾ ਰਿਜ਼ਲਟ ਕਿਵੇਂ ਦੀ ਦੋ ਦੋ ਅੱਛਾ ਕਿਹੜੇ ਤੁਹਾਡੇ ਥਾਂ ਦਾ ਨਹੀਂ ਘਰ ਦੇ ਕੱਪੜੇ ਦੀ ਬੱਚੀ ਕਦੇ ਫਰੀਜ ਤੋਂ ਹੋਰ ਉੱਪਰ ਦਾ ਨਹੀਂ ਪਾਏ ਪਾਏ ਕਿਉਂਕਿ ਜਿਹਦੀਆਂ ਗਾਹਾਂ ਬੱਚੀਆਂ ਹੋ ਜਾਂਦੀਆਂ ਨੇ ਜਿਹੜਾ ਬਰੀਡਰ ਆਪਣੇ ਘਰ ਦਾ ਹੁੰਦਾ ਕਈ ਵਾਰੀ ਉਹਦੀਆਂ ਧੀਆਂ ਮੂਹਰੇ ਜੰਮ ਜਾਂਦੀਆਂ ਨੇ ਆਪਾਂ ਬਰੀਡਰ ਬੰਦ ਕਰ ਦਿੰਦੇ ਹਾਂ ਬੱਕਰੀਆਂ ਤੇ ਪਾਉਣੋਂ ਕਿਉਂਕਿ ਇਹਦੇ ਵਿੱਚ ਆਪਣਾ ਮਹਾਪਾਪ ਹੈ ਉਹ ਆਪਣਾ ਰਿਸ਼ਤਾ ਨਾਤਾ ਖਤਮ ਹੋ ਜਾਂਦਾ ਕਿਉਂ ਇਹ ਨਿੰਦ ਵਿਚਾਰ ਆਪਾਂ ਹਰ ਕੋਈ ਕਰਦੇ ਹਾਂ ਫਿਰ ਤਾਂ ਰਿਸ਼ਤੇਦਾਰੀ ਵੀ ਖਤਮ ਹੈ ਤੇ ਬਹੁਤ ਚੰਗੀ ਕੁਆਲਿਟੀ ਦੀ ਬੱਕਰੀ ਹੈ ਜੀ ਅੱਛਾ ਜੀ ਅੱਛਾ ਕੋਈ ਨੀ ਮੈਂ ਦੇਖ ਲੈਣਾ ਚੈੱਕ ਕਰ ਲੈਣਾ ਹਾਂਜੀ ਸਹੀ ਹੈ ਵੀ 6 ਦੰਦ ਹੋ ਗਈ ਜੀ ਭਰੂਣ ਸੁਣਿਆ ਜੀ ਆਹ ਦਿਖਾਇਆ ਜੀ ਸਮਾਨ ਕੇ ਮੜੀ ਜਿਹੜਾ ਦੇਖੇ ਕਿਆ ਬਾਤ ਹੈ ਕੰਨਾਂ ਦੀ ਇਹ ਲੈਂਥ ਬਹੁਤ ਹੈ 17 ਇੰਚੀ ਕੰਨ ਦੇਖ ਸਕਦੇ ਜੀ ਬੱਕਰੀ ਹੈ ਪੂਰੇ 17 ਇੰਚੀ ਜੇ ਕੋਈ ਵੀਰ ਨੂੰ ਧੋਖਾ ਦਾ ਪੀਤਾ ਲਾਗੇ ਮਿਲ ਵੀ ਸਕਦਾ ਮੇਰਾ ਤਾਂ ਮਿਲਿਆ ਰੋਜ਼ ਦਾ ਕੰਮ ਹੈ ਹਾਂਜੀ 17 ਇੰਚੀ ਤੋਂ ਘੱਟ ਨਹੀਂ ਹੈਗਾ ਕੰਨ ਭੁਲੇਖਾ ਹੋਵੇ ਨਾ ਜਿਹੜੇ ਬਾਤ ਹੈ ਸਾਨੂੰ ਚੈੱਕ ਕਰਨ ਦਾ ਫੋਟੋ ਇੱਕ ਦੋ ਲਿਆਉਂਦੇ ਫੋਟੋ ਘਰ ਪਈਆਂ ਦਿਖਾਏਗੇ ਨੁਮਾਇਸ਼ਾਂ ਜਿੱਤਦੇ ਬਹੁਤ ਵਾਰੀ ਦੇਖੇ ਹੋ ਠੀਕ ਹੈ ਨਾ ਗੱਲ ਤੇ ਉਹ ਮੇਲਾ ਲੱਗਿਆ ਸੀ ਆਪਣਾ ਇੱਧਰ ਬਟਾਲਾ ਸਾਹਿਬ ਉੱਥੇ ਮੇਰੇ ਵੀ ਵੱਖਰੇ ਵੱਖਰੀਆਂ ਗਈਆਂ ਨੇ ਤੁਹਾਡੇ ਵੀ ਬਹੁਤ ਨਿਆਮ ਜਿੱਤ ਕੇ ਆਏ ਨੇ ਬਹੁਤ ਤਕੜੀ ਨੁਮਾਇਸ਼ ਲੱਗੀ ਹੋਈ ਸੀ ਮੱਝਾਂ ਗਾਈਆਂ ਦੀ ਤੇ ਬੱਕਰੀਆਂ ਦੀ ਬਾਦਲ ਸਾਹਿਬ ਨੇ ਬੋਤੇ ਘੋੜਿਆਂ ਦੀ ਵੀ ਨੁਮਾਇਸ਼ ਲਵਾਈ ਸੀ ਮੁਰਗੇ ਕੁਕੜਿਆਂ ਦੀ ਵੀ ਲਵਾਈ ਸੀ ਹਰ ਚੀਜ਼ਾਂ ਦੀ ਸ਼ਾਂਤੀ ਉੱਥੇ ਆਪਣੇ ਪੰਜਾਬ ਚੀਜ਼ ਹੈ ਸਭ ਦੀ ਹੁੰਦੀ ਉੱਥੇ ਹਾਂਜੀ ਬਹੁਤ ਬੱਕਰੀਆਂ ਵਧੀਆ ਜੀ ਦੇਖ ਸਕਦੇ ਹੋ ਰੋਜ਼ ਰੰਗੀ ਭੂਰੀ ਜਿਹਨੂੰ ਕਿ ਰੋਜ਼ ਰੰਗ ਕਹਿੰਦੇ ਨੇ ਜਿਹੋ ਜਿਹਾ ਰੋਜ਼ ਦਾ ਰੰਗ ਹੁੰਦਾ ਉਹ ਰੰਗ 'ਚੋਂ ਬੱਕਰੀ ਹੈ ਬਹੁਤ ਸ਼ਾਨਦਾਰ ਪੱਠ ਹੈ ਪੁਰਾਣੀ ਖਾਨਦਾਨੀ ਦੀ ਇਹ ਵੀ ਤੁਹਾਡੀ ਪੁਰਾਣੀ ਖਾਨਦਾਨੀ ਇਹਦੀ ਨਾਨੀ ਥੱਲੇ ਕਿੰਨਾ ਦੋਤੀ ਅੱਛਾ ਜੀ ਕਿੰਨੇ ਇਹਦੇ ਬੱਚੇ ਕਿੰਨੇ ਇਹਦੇ ਤਾਂ ਹੁਣ ਇਹਦੀ ਮਾਂ ਦੇ ਤਿੰਨ ਤਿੰਨ ਦੇ ਤਿੰਨ ਨਾਲ ਦੀ ਹੈ ਇਹ ਦੋ ਨਾਲ ਦੀ ਹੈ ਜੀ ਬਹੁਤ ਵਧੀਆ ਮੇਲੇ ਦੀ ਸ਼ਾਨ ਹੈ ਅੱਜ ਆਪਣੇ ਲਈ ਰਹਿਮਦੀਨ ਜੀ ਲਵੇ ਖੜੇ ਨੇ ਬਹੁਤ ਕੰਨ ਦੇਖ ਸਕਦੇ ਨੇ 17 ਇੰਚੀ ਤੋਂ ਘੱਟ ਇਹਦੇ ਵੀ ਅੱਧਾ ਇੰਚ ਦੇਖ ਲਓ ਜੀ ਪੀਸ ਲੱਖੀ ਬੱਕਰੀ ਹੈ ਥੱਲਾ ਦਿਖਾਓ ਜੀ ਬੱਕਰੀ ਕਈ ਵਾਰੀ ਕਹਿੰਦੇ ਰਾਜੂ ਵੀਰ ਤੂੰ ਆਟੋ ਨਹੀਂ ਦਿਖਾਉਂਦਾ ਬਾਹਰਲੇ ਕੈਂਟਰੀ ਵਾਲੇ ਬੰਦੇ ਸਾਨੂੰ ਫੋਨ ਕਰਦੇ ਨੇ ਨਾ ਪਰ ਇਹ ਖਰਚਾ ਵੀਰ ਜੀ ਖਰਚਾ ਦੇਖ ਸਕਦੇ ਹੋ ਜੀ ਕੈਸਾ ਵਧੀਆ ਆਡਰ ਹੈ ਤੇ ਪੂਰੀ ਧਾਰ ਵਧੀਆ ਤੇ ਠਣ ਚੱਡੇ ਦੀ ਬੱਕਰੀ ਹੈ ਵਧੀਆ ਕੁਆਲਿਟੀ ਦੀ ਹੱਥ ਫੇਰਨ ਸਾਰੀ ਨਿਆਕ ਦੀ ਹੈ ਬੱਕਰੀ ਖਾਨਦਾਨੀਆਂ ਦਾ ਪਤਾ ਇੱਕੋ ਲੱਗਦਾ ਜੀ ਹਾਂ ਬੰਦੇ ਨੂੰ ਪੂਰਾ ਚੜਦੀ ਹੈ ਜੀ ਆਂਡਾ ਖੜਕਾ ਕੇ ਬਾਲਟੀਆਂ ਭੱਜ ਭੱਜ ਹੋਈਆਂ ਬਾੜੇ 'ਚ ਵੜਨ ਸਾਰ ਬੱਕਰੀਆਂ ਉਹ ਖਾਨਦਾਨੀਆਂ ਹੁੰਦੀਆਂ ਨੇ ਜਿਹੜੀਆਂ ਉੱਚੀਆਂ ਕੁੱਤੀਆਂ ਹੁਣ ਹੋਣਗੀਆਂ ਉਹ ਕਿੱਥੋਂ ਆਉਣਗੀਆਂ ਭਾਂਤ ਭਾਂਤ ਦੀ ਲੱਕੜੀ ਇਕੱਠੀ ਕਰੀ ਹੋਈ ਕਿੱਥੋਂ ਆਊਗੀ ਜੋ ਇੱਕ ਜੰਡ ਦੀ ਲੱਕੜੀ ਹੈ ਉਹੀ ਬੂਰ ਕੇਰੂਗੀ ਨਹੀਂ ਹਰੇਕ ਤੋਂ ਬੂਰ ਨਹੀਂ ਕਿਰਦਾ
ਹਾਂਜੀ ਨਾਲੇ ਵੀਰੇ ਝੂਲਾ ਬਹੁਤ ਟਾਈਮ ਲਾਤਾ ਇਹਨੂੰ ਪਰੇ ਕਰ ਦਿੰਦੀ ਫੋਟੋ ਕਰ ਲਈ ਬੱਕਰੀ ਦੀ ਆਪਣਾ ਜੀ ਦੇਖੋ ਜੀ ਪੂਰੀ ਵਧੀਆ ਪਾਕਿਸਤਾਨੀ ਨਸਲ ਹੈ ਜਿਹਨੂੰ ਕਹਿੰਦੇ ਨੇ ਪੂਰੇ ਕੰਨਾਂ ਤੋਂ ਚੜਾਈ ਕੰਨਾਂ ਦੀ ਅਤੇ ਲੰਬਾਈ ਕੰਡਾਂ ਦੀ ਸਿੰਗੀ ਦੇਖ ਸਕਦੇ ਹੋ ਸਨੱਖ ਮੱਥਾ ਅੱਖ ਚਿੱਟੀ ਅਤੇ ਲਾਲ ਡੱਬੀ ਨਾਭੀ ਕਹਿੰਦੇ ਨੇ ਜਿਹਨੂੰ ਪੂਰਾ ਅਸਲੇ ਨੂੰ ਅਸਲਾ ਹੋਰ ਲਿਆ ਇੱਕ ਦੋ ਅੱਛਾ ਜੀ ਬਹੁਤ ਸੁੰਦਰ ਛੇ ਦੰਦ ਬਾਬੇ ਨੇ ਪਤਾ ਨਹੀਂ ਮਿਲਿਆ ਉਹਨੇ ਸਾਰੀ ਛੇ ਛੇ ਦੰਦੇ ਰੱਖੀਆਂ ਨੇ ਬੱਕਰੀਆਂ ਦੀ ਭੁੱਟਾ ਮਸ਼ਹੂਰ ਹੋਇਆ ਜੀ ਪੂਰਾ ਵਧੀਆ ਦੇਖ ਲਓ ਜੀ ਕਿੰਨੀ ਹੈਟ ਹੈ ਜੀ ਮੇਰਾ ਖਿਆਲ ਛੱਤੀ ਬਹੁਤ ਸੁਨੱਖੀ ਇਹਦੇ ਸਾਡੇ ਕਈ ਬੱਚੇ ਨੇ ਦੋ ਬੱਚੇ ਦਿੱਤੇ ਨੇ ਜੀ ਬਹੁਤ ਸ਼ਾਨਦਾਰ ਦੋ ਫੀਮੇਲ ਸ਼ੇਰੀਆਂ ਰੰਗ ਕਿਆ ਤੁਸੀਂ ਓਕੇ ਜੀ ਸਾਫ ਹੈ ਸਮਝੋ ਹਾਂਜੀ ਹਾਂ ਦੇਖ ਲਈ ਬਹੁਤ ਵਧੀਆ ਜੀ ਇਹ ਵੀ ਛੋਟੀ ਖਾਨਦਾਨੀ ਸੀ ਝੋਲਾ ਖੋਲੋ ਜੀ ਮਾੜਾ ਜਿਹਾ ਦਾ ਹੱਕ ਬਣਦਾ ਦਿਖਾਉਣ ਦਾ ਖਾਨਾ ਦਾ ਰਾਜੂ ਭਾਈ ਰੋਟੀ ਨਹੀਂ ਦਿਖਾਉਂਦਾ ਬਹੁਤ ਸਾਫ਼ ਹੈ ਜੀ ਥੱਲਾ ਥੱਲਾ ਦੇਖ ਸਕਦੇ ਹੋ ਬਹੁਤ ਥੱਲੇ ਦੀਆਂ ਸਾਫ਼ ਨੇ ਬੱਕਰੀਆਂ ਭੁੱਕੇ ਵਾਲੇ ਗੁੱਜਰਾਂ ਦੀਆਂ ਕਿਉਂਕਿ ਮੇਲਿਆਂ ਦੀ ਸ਼ਾਨ ਨੇ ਜੇ ਕਰਨ ਵਾਲੇ ਦੀ ਜੜ ਹੋਊ ਤਾਂ ਗਾਂ ਮੂਹਰੇ ਠੀਕ ਹੈ ਪੂਰੇ ਦੰਦੀ ਆਈ ਵੀ ਸੂਪੀ ਜੀ ਕਈ ਬੱਚੇ ਨੇ ਮਹਾਰਾਜ ਦੋਏ ਦਿੱਤੇ ਨੇ ਹਾਂ ਦੇਖੋ ਜੀ ਕਿਆ ਬਾਤ ਹੈ ਆਰਡਰ ਬਹੁਤ ਸੋਹਣਾ ਲੱਗਿਆ ਹੋਇਆ ਥਣ ਚੱਡੇ ਦੀ ਗੱਲ ਹੁੰਦੀ ਹੈ ਜੇ ਥਣ ਚੱਡਾ ਹੋਊ ਤਾਂ ਦੁੱਧ ਦੀ ਕਦੀ ਕੋਈ ਵਧੀਆ ਹੋ ਸਕਦੇ ਹੋ ਬੱਕਰਾ ਲਿਆ ਬੱਕਰਾ ਬੱਕਰਾ ਲਿਆ ਖੋਲ ਕੇ ਇਹਦੇ ਬੱਚੇ ਕਹਿ ਨੀ ਦੇਖੋ ਜੀ ਥਣ ਚੱਡਾ ਕਿਹਾ ਜਿਹਾ ਵਧੀਆ ਐਲਾ ਕਹਿੰਦਾ ਦੁੱਧ ਨੀ ਬੱਕਰੀਆਂ ਥੱਲੇ ਪੂਰੇ ਆਰਡਰਾਂ ਦੀਆਂ ਬੱਕਰੀਆਂ ਅੱਛਾ ਜੀ ਸਵੇਰੇ ਸਵੇਰੇ ਅੱਛਾ ਠੀਕ ਹੈ ਠੀਕ ਹੈ ਭੰਨ ਕੇ ਹਾਂ ਆਪਾਂ ਨੇ ਕਿਹੜਾ ਵੇਚਣੀ ਹੈ ਕਿਆ ਬਾਤ ਹੈ ਸਾਡੇ ਮੈਂ ਮੁੰਡੇ ਨੂੰ ਵੀਡੀਓ ਚ ਦਿਖਾਉਣਾ ਮਾਰ ਕੇ ਦੇਖ ਬੱਚਾ ਉਹਨਾਂ ਦੀ ਆ ਜਾ ਉਹਨਾਂ ਦੀ
ਲੈ ਜਮਾ ਸ਼ਾਰ ਨੇ ਜੀ, ਜਿਹਨੂੰ ਚੈਂਪੀਅਨ ਕਹਿੰਦੇ ਨੇ ਪੂਰਾ ਵਧੀਆ, ਇੱਕ ਰੱਤੀ ਵੀ ਫਰਕ ਨਹੀਂ ਦੋਵਾਂ ਚੋਂ। ਹਾਂ ਇਹ ਉਹਨਾਂ ਬੱਕਰਿਆਂ ਦਾ ਜੀ ਤੁਹਾਡਾ ਹੋਇਆ ਨੀ ਹੈਗਾ ਜੀ, ਜਿਹੜਾ ਦੇ ਕੇ ਦਿਖਾਓ ਜੀ ਸਮਾਨ ਤੇ ਜੀ ਤੁਸੀਂ ਕੰਨ ਛੱਡਦੇ ਕੰਨ ਗਾਟਾ ਫੜਦਾ ਦੇਖੋ ਜੀ, ਬਹੁਤ ਸ਼ਾਨਦਾਰ ਬੱਕਰਾ ਜੀ, ਸੁਨੱਖਾ ਪੂਰਾ ਵਧੀਆ ਲੋਹੇ ਕਲਰ ਦਾ ਬੱਕਰਾ ਹੈ, ਪੂਰਾ ਕੇਲੀਆ ਰੰਗ ਦੇ ਵਿੱਚ ਸੁਨੱਖਾ ਬੱਚਾ ਜੀ। ਕਿਆ ਬਾਤ, ਖਾਨਦਾਨੀ ਬੱਕਰੀਆਂ ਦਾ ਲਓ ਜੀ, ਬਸ ਕਰੋ।